ਤੁਸੀਂ ਵੇਖ ਰਹੇ ਹੋ ਚੱਕ ਦੇ ਟੀਵੀ ਤੇ ਮੈਂ ਹਾਂ ਸੁਖ ਪੱਟੀ ਵਾਲ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਲਗਾਤਾਰ ਚਰਚਾ 'ਚ ਬਣੇ ਹੋਏ ਨੇ। ਨਵਜੋਤ ਸਿੰਘ ਸਿੱਧੂ ਦੇ ਵੱਲੋਂ ਬੀਤੇ ਦਿਨੀ ਅੰਮ੍ਰਿਤਸਰ ਦੇ ਵਿੱਚ ਇੱਕ ਅਜਿਹਾ ਬਿਆਨ ਦਿੱਤਾ ਗਿਆ ਜਿੱਥੇ ਪੰਜਾਬ ਕਾਂਗਰਸ ਦੇ ਵਿੱਚ ਚਰਚਾ ਛੇੜ ਦਿੱਤੀ ਆ, ਉੱਥੇ ਹੀ ਹਾਈ ਕਮਾਨ ਨੂੰ ਵੀ ਇਹ ਕੋਈ ਕਾਰਵਾਈ ਲਈ ਮਜਬੂਰ ਕਰ ਦਿੱਤਾ ਤੇ ਵਿਰੋਧੀਆਂ ਨੂੰ ਵੀ ਉਂਗਲਾਂ ਖੜੀਆਂ ਕਰਨ ਲਈ ਇੱਕ ਮੌਕਾ ਦੇ ਦਿੱਤਾ ਹੈ। ਅਸਲ 'ਚ ਨਵਜੋਤ ਸਿੰਘ ਸਿੱਧੂ ਦਾ ਬਿਆਨ ਇੱਟ ਨਾਲ ਇੱਟ ਖੜਕਾਉਣ ਵਾਲਾ ਸੀ। ਨਵਜੋਤ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਮੈਂ ਹਾਈ ਕਮਾਨ ਨੂੰ ਕਹਿ ਆਇਆ ਕਿ ਮੈਨੂੰ ਫੈਸਲੇ ਲੈਣ ਦੀ ਖੁੱਲ੍ਹ ਦਿੱਤੀ ਜਾਵੇ, ਨਹੀਂ ਦਿੱਤੀ ਜਾਵੇਗੀ ਤਾਂ ਮੈਂ ਇੱਟ ਨਾਲ ਇੱਟ ਖੜਕਾ ਦੇਵਾਂਗਾ। ਜਿਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਲਗਾਤਾਰ ਵਿਵਾਦਾਂ 'ਚ ਘਿਰੇ ਹੋਏ ਨੇ, ਆਪਣੇ ਵੀ ਸਵਾਲ ਚੁੱਕ ਰਹੇ ਨੇ ਅਤੇ ਬਗਾਨੇ ਵੀ ਸਵਾਲ ਚੁੱਕ ਰਹੇ ਨੇ। ਮਨੀਸ਼ ਤਿਵਾੜੀ ਹੋਰਾਂ ਦੇ ਵੱਲੋਂ ਹਾਈਕਮਾਨ ਨੂੰ ਸਵਾਲ ਕੀਤਾ ਗਿਆ ਸੀ ਸਿੱਧੂ ਦੇ ਇਸ ਬਿਆਨ ਨੂੰ ਲੈ ਕੇ। ਕਈ ਆਪਣੇ ਲੀਡਰ ਸਿੱਧੂ 'ਤੇ ਤੰਚ ਕੱਸ ਰਹੇ ਨੇ। ਹਰੀਸ਼ ਰਾਵਤ ਦਾ ਵੀ ਰੁੱਖ ਅੱਜ ਕੱਲ੍ਹ ਸਿੱਧੂ ਦੇ ਪ੍ਰਤੀ ਜ਼ਿਆਦਾ ਨਰਮੀ ਵਾਲਾ ਨਜ਼ਰ ਨਹੀਂ ਆ ਰਿਹਾ। ਖਬਰਾਂ ਇਹ ਵੀ ਨਿਕਲ ਕੇ ਆ ਰਹੀਆਂ ਨੇ ਕਿ ਸਿੱਧੂ ਦੇ ਇਸ ਬਿਆਨ ਦੀ ਕਿਤੇ ਨਾ ਕਿਤੇ ਹਾਈਕਮਾਂਡ ਵੀ ਨਾ ਖੁਸ਼ ਆ। ਤਾਂ ਦੂਜੇ ਪਾਸੇ ਬੀਜੇਪੀ ਲੀਡਰ ਅਤੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਦੇ ਵੱਲੋਂ ਨਵਜੋਤ ਸਿੰਘ ਸਿੱਧੂ 'ਤੇ ਨਿਸ਼ਾਨਾ ਸਾਧਿਆ ਗਿਆ। ਪਹਿਲਾਂ ਵੀ ਅਨਿਲ ਵਿਜ ਨੂੰ ਨਵਜੋਤ ਸਿੱਧੂ 'ਤੇ ਕਈ ਵਾਰ ਨਿਸ਼ਾਨੇ ਸਾਧਦੇ ਦੇਖਿਆ ਜਾ ਚੁੱਕਿਆ, ਪਰ ਹੁਣ ਅਨਿਲ ਵਿਜ ਨੇ ਨਵਜੋਤ ਸਿੱਧੂ ਦੇ ਇੱਟ ਨਾਲ ਇੱਟ ਖੜਕਾਉਣ ਦੇ ਬਿਆਨ ਨੂੰ ਲੈ ਕੇ ਨਿਸ਼ਾਨਾ ਸਾਧਿਆ। ਅਨਿਲ ਵਿਜ ਦੇ ਵੱਲੋਂ ਟਵੀਟ ਕੀਤਾ ਗਿਆ ਸਿੱਧੂ 'ਤੇ ਤੰਜ ਕੱਸਦਾ, ਅਤੇ ਆਪਣੇ ਟਵੀਟ ਦੇ ਵਿੱਚ ਅਨਿਲ ਵਿਜ ਲਿਖਦੇ ਨੇ, ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਉਰਫ ਮਿਸਤਰੀ ਇੱਟ ਨਾਲ ਇੱਟ ਖੜਕਾਉਣ ਦੀ ਗੱਲ ਕਰ ਰਹੇ ਨੇ। ਜਦੋਂ ਕੋਈ ਮਿਸਤਰੀ ਆਪਣੇ ਘਰ ਦੀਆਂ ਇੱਟਾਂ ਸੁੱਟਣੀਆਂ ਸ਼ੁਰੂ ਕਰ ਦੇਵੇ ਤਾਂ ਸਮਝ ਲਓ ਕਿ ਹੁਣ ਉਸ ਘਰ ਦੇ ਧਰਾਸ਼ਾਈ ਹੋਣ ਵਿੱਚ ਜ਼ਿਆਦਾ ਦੇਰੀ ਨਹੀਂ ਆ। ਇਹ ਅਨਿਲ ਵਿਜ ਦੇ ਵੱਲੋਂ ਕਹਿਣਾ, ਨਵਜੋਤ ਸਿੰਘ ਸਿੱਧੂ ਨੂੰ ਅਨਿਲ ਵਿਜ ਦੇ ਵੱਲੋਂ ਮਿਸਤਰੀ ਦੱਸਿਆ ਗਿਆ ਕਿਉਂਕਿ ਨਵਜੋਤ ਸਿੰਘ ਸਿੱਧੂ ਦਾ ਬਿਆਨ ਇੱਟ ਨਾਲ ਇੱਟ ਖੜਕਾਉਣ ਵਾਲਾ ਸੀ। ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਨਵਜੋਤ ਸਿੰਘ ਸਿੱਧੂ ਦੇ ਇਸ ਬਿਆਨ ਨੇ ਚਰਚਾ ਇਕੱਲੀ ਕਾਂਗਰਸ ਦੇ ਵਿੱਚ ਨਹੀਂ ਬਲਕਿ ਪੰਜਾਬ ਦੀ ਪੂਰੇ ਭਾਰਤ ਦੀ ਸਿਆਸਤ ਦੇ ਵਿੱਚ ਛੇੜ ਦਿੱਤੀ ਆ। ਕਿਉਂਕਿ ਸਿੱਧੂ ਦੀ ਇੱਕ ਇਸ ਨੂੰ ਇੱਕ ਚੇਤਾਵਨੀ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਸਿੱਧੂ ਦੇ ਇਸ ਬਿਆਨ ਨੂੰ, ਕਿਉਂਕਿ ਸਿੱਧੂ ਦਾ ਬਿਆਨ ਸੀ ਕਿ ਮੈਂ ਹਾਈਕਮਾਨ ਨੂੰ ਕਹਿ ਆਇਆ ਕਿ ਮੈਨੂੰ ਫੈਸਲੇ ਲੈਣ ਦੀ ਖੁੱਲ੍ਹ ਦਿੱਤੀ ਜਾਵੇ, ਨਹੀਂ ਤਾਂ ਇੱਟ ਨਾਲ ਇੱਟ ਖੜਕਾ ਦੇਵਾਂਗਾ। ਹੁਣ ਨਵਜੋਤ ਸਿੱਧੂ ਇੱਟ ਨਾਲ ਇੱਟ ਕਿਸ ਦੀ ਖੜਕਾਉਣਾ ਚਾਹੁੰਦੇ ਨੇ, ਇਹ ਤਾਂ ਨਵਜੋਤ ਸਿੰਘ ਸਿੱਧੂ ਹੋਰੀ ਹੀ ਜਾਣਦੇ ਨੇ। ਪਰ ਨਵਜੋਤ ਸਿੱਧੂ ਦੀ ਇਸ ਚੇਤਾਵਨੀ ਭਰੇ ਬਿਆਨ ਤੋਂ ਬਾਅਦ ਚਰਚਾ ਵੱਡੀ ਛਿੜ ਗਈ ਆ। ਪੰਜਾਬ ਕਾਂਗਰਸ ਦੇ ਵਿੱਚ ਵੀ ਇੱਕ ਵਿਵਾਦ ਟੈਪ ਜੇ ਹੁੰਦੀ ਜਾ ਰਹੀ ਹੈ ਇਹ ਚਰਚਾ, ਕਿਉਂਕਿ ਨਵਜੋਤ ਸਿੰਘ ਸਿੱਧੂ ਨੂੰ ਨਾ ਚਾਹੁਣ ਵਾਲੇ ਜੋ ਕੁਝ ਲੀਡਰ ਨੇ, ਕੈਪਟਨ ਖੇਮੇ ਦੇ ਲੀਡਰ ਵੀ ਕਹੇ ਜਾਂਦੇ ਨੇ, ਉਹ ਹੁਣ ਨਵਜੋਤ ਸਿੱਧੂ ਦੇ ਖਿਲਾਫ ਮੈਦਾਨ 'ਚ ਉਤਰ ਕੇ ਆਉਣ ਲੱਗੇ ਨੇ। ਮਨੀਸ਼ ਤਿਵਾੜੀ ਦੇ ਵੱਲੋਂ ਹਾਈਕਮਾਨ ਨੂੰ ਸਵਾਲ ਕੀਤਾ ਜਾਂਦਾ, ਅਸ਼ਵਨੀ ਸ਼ੇਖੜੀ ਜੋ ਕੈਪਟਨ ਅਮਰਿੰਦਰ ਸਿੰਘ ਦੇ ਖੇਮੇ ਦੇ ਲੀਡਰ ਦੱਸੇ ਜਾਂਦੇ ਨੇ, ਉਹਨਾਂ ਦੇ ਵੱਲੋਂ ਵੀ ਸਿੱਧੂ ਨੂੰ ਸਲਾਹ ਦਿੱਤੀ ਜਾਂਦੀ ਆ ਕਿ ਸਿਆਸਤ ਦੇ ਵਿੱਚ ਕੁਝ ਸਹਿਣਾ ਪੈਂਦਾ, ਕੁਝ ਕਰਨਾ ਪੈਂਦਾ। ਤਾਜ਼ਾ ਅਪਡੇਟ ਲੈ ਕੇ ਫਿਰ ਹਾਜ਼ਰ ਹੋਵਾਂਗੇ, ਤੁਸੀਂ ਬਣੇ ਰਹੋ ਚੱਕ ਦੇ ਟੀਵੀ ਦੇ ਨਾਲ। ਚਮਤਕਾਰ ਹੁੰਦੇ ਨੇ, ਦੇਖੋ ਆਪਣੀਆਂ ਅੱਖਾਂ ਸਾਹਮਣੇ, 3 ਘੰਟੇ 'ਚ ਹਰ ਪਰੇਸ਼ਾਨੀ ਦਾ ਹੱਲ ਪਾਓ। ਸੱਤ ਇਲਮਾਂ ਦੇ ਮਾਹਿਰ ਦਿਵਾਂਸ਼ੂ ਜੋਸ਼ੀ, ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ, ਕੱਟਣ ਵਾਲੇ ਨੂੰ ਮੂੰਹ ਮੰਗਿਆ ਇਨਾਮ। ਪਰੇਸ਼ਾਨੀ ਜਿਵੇਂ ਮਨਚਾਹਾ ਪਿਆਰ, ਪਤੀ ਪਤਨੀ 'ਚ ਅਣਬਣ, ਕਾਲੇ ਜਾਦੂ ਦਾ ਖਾਤਮਾ, ਬਿਮਾਰੀ 'ਚ ਦਵਾ ਨਾ ਲੱਗਣਾ, ਵਸ਼ੀਕਰਨ ਕਰਵਾਓ, ਜਿਸ ਨੂੰ ਚਾਹੇ ਉਸ ਨੂੰ ਆਪਣੇ ਵਸ 'ਚ ਕਰੋ, ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋ ਮੈਕਸ। ਧੋਖੇਬਾਜ਼ ਪ੍ਰੇਮੀ ਪ੍ਰੇਮਿਕਾ, ਸੌਤਨ ਦੁਸ਼ਮਣ ਨੂੰ ਆਪਣੀਆਂ ਅੱਖਾਂ ਸਾਹਮਣੇ ਤੜਫਦਾ ਵੇਖੋ। 7082844950